दोस्तों कबड्डी पंजाबियों की मां खेड है, इस गल बारे कोई दो रावां नहीं ने। पंजाबी दुनिया भर के जिथे भी गए ने कबड्डी नूं नाल लेके गए ने। कहिंदे ने दुनिया के लगभग 150 मुल्कां दे विच पंजाबियों ने कबड्डी जिहड़ी ओह खड़ा दित्ती है। पंजाबी आप खेडदे कबड्डी के टूरनामेंट करवाउंदे ने। अज कल कबड्डी के बहुत सारे रुझान बदले ने, कबड्डी के बड़े बदलाव आए ने। समय के लिहाज के नाल नवीं कबड्डी के शख्सियतों ने भी अपनी जिहड़ी फेरी पाई है। अज असी जिस सत्कारयोग शख्सियत नूं तुहानूं मिलाउण जा रहे हाँ, वह कबड्डी दे विच कबड्डी वाईफाई पेज के राही अपनी जिहड़ी सेवा हाजरी लवाउंदे आ रहे ने। अमृत चीमा बसियां जिन्हां ने कबड्डी दे विच कोई जाण पहचान दा मोहताज नहीं ने, अमृत चीमा बारे तुहानूं एक सरसरी जी जिहड़ी वह पंछी झात पवा दें। अमृत चीमा होरां दा कबड्डी वाईफाई पेज कबड्डी दे विच एक बहुत बड़ा नाम रखता है, क्योंकि कबड्डी वाईफाई पेज दे विच तकरीबन 70,000 के लगभग लोग जिहड़े उन्हां नाल जुड़े हुए ने। तो जदों कदे वह कबड्डी बारे कोई खबर जां कुछ भी कबड्डी विच नवां मसला लैके आउंदे ने, तां उस ते 25 तों 35-40 हज़ार के करीब जिहड़े लोग एकदम उन्हां दे विचारां नूं वेखदे ने जां सुणदे ने। सो दोस्तो अज असीं मिलावांगे तुहानूं अमृत चीमा बसियां दे नाल। अमृत चीमा जी, तुसीं कबड्डी वाईफाई पेज राहीं कबड्डी दी इक लंबे अरसे तों सेवा करदे आ रहे हो। कबड्डी दे पेजां वाले बहुत सारे ने, वख वख पेज बने हुए ने जिहड़े समय समय ते कबड्डी दी गल करदे आ रहे ने। आम करके लोगों के विच ये गल चलती है कि पेजा वाले आ जिहड़े कबड्डी लई कर कुछ नहीं रहे, सिर्फ फोकी सौरत बना रहे, फोका ना कमा रहे ने। इहदे बारे तुसीं की कहना चाहोगे? इहदे बारे तां जी इही ख्याल आ वी चलो जो साडी जॉब आ है ना, पेज बनाया वा असीं तां सिर्फ लोगों तक जिन्हां कोले जिन्हां नूं देखण दा कोई जरिया है नहीं, लाइव देखण दा जरिया है नहीं, उन्हां वास्ते पेज बनाया सी वी चलो जिहड़े बंदे शौकीन आ जां शौक रखदे आ कबड्डी दे, जिन्हां दे विच खून दे विच कबड्डी आ, ਅਤੇ ਵੀ ਉਹਨਾਂ ਨੂੰ ਪੇਜ 'ਤੇ ਇੱਕ ਬਣਾ ਕੇ ਇੱਕ ਥੋੜ੍ਹੀ ਛੋਟੀ ਕੋਸ਼ਿਸ਼ ਕੀਤੀ ਸੀ ਅਸੀਂ। ਅਤੇ ਚਲੋ ਅੱਜ ਦੇ ਟਾਈਮ ਵਧੀਆ ਆਪਾਂ ਨੂੰ ਪਿਆਰ ਦੇ ਰਹੇ ਆ ਲੋਕ ਵੀ ਜਿੰਨੀ ਵੀ ਅਸੀਂ ਸੇਵਾ ਕਰਦੇ ਹਾਂ, ਚਾਹੇ ਸੇਵਾ ਹੀ ਲਾ ਲਓ ਹੈ ਨਾ। ਅਤੇ ਅਸੀਂ ਤਾਂ ਸਿਰਫ ਜਿਹੜੇ ਜਿਵੇਂ ਕਿ ਟੀਮਾਂ ਵਾਂ ਪਲੇਅਰਾਂ ਬਾਰੇ ਦੱਸਣਾ ਜਾਂ ਜਿਹੜੇ ਬੈਸਟ ਆ ਉਹਨਾਂ ਬਾਰੇ ਦੱਸਣਾ ਜਾਂ ਜਿਹੜੇ ਰਿਜ਼ਲਟ ਆ ਉਹਨਾਂ ਬਾਰੇ ਦੱਸਣਾ, ਪਰ ਮੈਂ ਨਹੀਂ ਮੰਨਦਾ ਵੀ ਇਹਦੇ ਵਿੱਚ ਕੋਈ ਫੋਕੀ ਟੌਰ ਵਾਲੀ ਗੱਲ ਆ। ਅਸੀਂ ਤਾਂ ਸਿਰਫ ਸੇਵਾ ਕਰਦੇ ਹਾਂ, ਹੋਰ ਸਾਡਾ ਕੋਈ ਮਾਨਸਾ ਨਹੀਂ ਹੈਗੀ ਵੀ ਅਸੀਂ ਕੋਈ ਕਬੱਡੀ ਦਾ ਅਸੀਂ ਕੋਈ ਇੱਦਾਂ ਦੀ ਕੋਈ ਗੱਲ ਕਰੀਏ ਵੀ ਜਿਹਦੇ ਨਾਲ ਕੋਈ ਗਲਤ ਪਾਸੇ ਜਾਵੇ ਕੰਮ, ਹੈ ਨਾ। ਅਸੀਂ ਤਾਂ ਸਿਰਫ ਇੱਕ ਸੇਵਾ ਹੀ ਕਰਦੇ ਹਾਂ, ਅਤੇ ਬਾਕੀ ਜੋ ਲੋਕ ਕਈਆਂ ਦੀ ਸੋਚਣੀ ਅਲੱਗ ਹੁੰਦੀ ਆ, ਕਈਆਂ ਦੀ ਸੋਚਣੀ ਅਲੱਗ ਹੁੰਦੀ ਆ, ਅਤੇ ਬਾਕੀ ਆਪਾਂ ਇਹਦੇ ਬਾਰੇ ਹੋਰ ਆਪਣੇ ਤੋਂ ਕੋਈ ਦੂਜੀ ਰਹਿ ਨਹੀਂ। ਅਮਰ ਚੀਮਾ ਜੀ, ਇਹਦੇ ਨਾਲ ਹੀ ਇੱਕ ਹੋਰ ਜੁੜਦਾ ਸਵਾਲ ਹੈ ਜਿਹੜਾ ਤੁਹਾਡੇ ਲਈ। ਆਮ ਕਰਕੇ ਕਈ ਵਾਰ ਦੇਖਿਆ ਕਿ ਤੁਸੀਂ ਆਪਣੇ ਪੇਜ ਦੇ ਜ਼ਰੀਏ ਜਾਂ ਹੋਰ ਵੀ ਬਹੁਤ ਸਾਰੇ ਪੇਜਾਂ ਵਾਲੇ ਤੁਸੀਂ ਕੁਝ ਕੁ ਬੰਦਿਆਂ ਨੂੰ ਹੀ ਹਾਈਲਾਈਟ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਹੋ। ਨਹੀਂ, ਇਹ ਤਾਂ ਗਲਤ ਆ ਜੀ। ਜਿਵੇਂ ਆਪਾਂ ਕਹਿ ਦਈਏ ਵੀ ਆਪਣਾ ਤੁਸੀਂ ਪੇਜ ਖੋਲ੍ਹ ਕੇ ਦੇਖ ਸਕਦੇ ਹੋ, ਕਦੇ ਵੀ ਆਪਾਂ ਕਿਸੇ ਵੀ ਬੰਦੇ ਨੂੰ ਨਜਾਇਜ਼ ਹਾਈਲਾਈਟ ਨਹੀਂ ਕਰਦੇ। ਸਿਰਫ ਆਪਣੇ ਪੇਜ 'ਤੇ ਉਹੀ ਪੋਸਟ ਜਾਂ ਉਹੀ ਪਲੇਅਰ ਦੀ ਫੋਟੋ ਪਊਗੀ ਵੀ ਜਿਹੜਾ ਉਹਦਾ ਹੱਕਦਾਰ ਹੋਊਗਾ। ਜਿਵੇਂ ਕਹਿ ਦਈਏ ਵੀ ਬੈਸਟ ਹੋ ਗਏ ਜਾਂ ਕੋਈ ਉਹ ਪਲੇਅਰ ਕਿਸੇ ਚੀਜ਼ ਦਾ ਹੱਕਦਾਰ ਆ, ਤਾਂ ਉਹਨੂੰ ਆਪਾਂ ਉੱਦਾਂ ਸ਼ੋ ਆਪਾਂ ਪੇਜ 'ਤੇ ਉਹਨੂੰ ਵੀ ਉਹਦੀ ਵੀ ਫੋਟੋ ਪਾਵਾਂਗੇ, ਨਾ ਕਿ ਆਪਾਂ ਵੀ ਕੋਈ ਨਜਾਇਜ਼ ਕਿਸੇ ਪਲੇਅਰ ਦਾ ਵੀ ਆਪਾਂ ਹਾਈਲਾਈਟ ਕਰੀਏ, ਹੈ ਨਾ। ਵੀ ਉਹਦੇ ਬੰਦੇ ਦੀ ਉਹਦੀ ਵੀ ਫੋਟੋ ਪਊਗੀ ਵੀ ਜਿਹੜਾ ਉਹਦਾ ਉਹ ਚੀਜ਼ ਦਾ ਹੱਕਦਾਰ ਹੋਊਗਾ, ਵੀ ਨਾ ਕਿ ਆਪਾਂ ਜਿਹਦੇ ਨਾਲ ਆਪਣੀ ਯਾਰੀ ਦੋਸਤੀ ਲਾ ਲਓ ਪਿਆਰ ਲਾ ਲਓ ਵੀ ਆਪਾਂ ਉਹ ਬੰਦੇ ਨੂੰ ਹਾਈਲਾਈਟ ਕਰਾਂਗੇ। ਇੱਦਾਂ ਦੀ ਕਦੇ ਕੋਈ ਮੈਂ ਨਹੀਂ ਮੰਨਦਾ ਵੀ ਆਪਣਾ ਪੇਜ ਖੋਲ੍ਹ ਕੇ ਦੇਖ ਸਕਦੇ ਹੋ ਤੁਸੀਂ, ਅਤੇ ਉਹੀ ਪਲੇਅਰ ਦੀ ਫੋਟੋ ਜਾਂ ਪੋਸਟ ਪਊਗੀ ਵੀ ਜਿਹੜਾ ਉਹਦਾ ਜੇ ਜਾਂ ਬੈਸਟ ਹੋਇਆ ਜਾਂ ਕਦੇ ਪਲੇਅਰ ਦਾ ਕੋਈ ਬਰਥਡੇ ਆ ਜਾਂ ਕੋਈ ਹੋਰ ਰਿਲੇਟਿਵ ਹੁੰਦੀ ਆ ਕੋਈ ਚੀਜ਼, ਅਤੇ ਉਦੋਂ ਬਿਨਾਂ ਆਪਾਂ ਕਿਸੇ ਪੇਜ ਨੂੰ ਪਲੇਅਰ ਨੂੰ ਆਪਾਂ ਨਜਾਇਜ਼ ਆਪਣੇ ਪੇਜ 'ਤੇ ਹਾਈਲਾਈਟ ਨਹੀਂ ਕੀਤਾ। ਕਈ ਵਾਰ ਇਹ ਗੱਲ ਵੀ ਵੇਖਣ ਦੇ ਵਿੱਚ ਸਾਹਮਣੇ ਆਈ ਹੈ ਕਿ ਅੰਮ੍ਰਿਤ ਚੀਮਾ ਜਿਹੜਾ ਫੋਕੇ ਸਨਮਾਨਾਂ ਦੇ ਵਿੱਚ ਬੜਾ ਵਿਸ਼ਵਾਸ ਰੱਖਦਾ, ਉੜਦੀਆਂ ਗੱਲਾਂ ਨੇ ਸੁਣੀ ਦੀਆਂ ਗੱਲਾਂ ਨੇ, ਕਿਉਂਕਿ ਕਬੱਡੀ ਜਗਤ ਦੇ ਵਿੱਚ ਤੁਹਾਡਾ ਬਹੁਤ ਵੱਡਾ ਨਾਮ ਹੈ, ਕਿਤੇ ਨਾ ਕਿਤੇ ਜਾ ਕੇ ਇਹ ਗੱਲ ਕਈ ਵਾਰ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅੰਮ੍ਰਿਤ ਚੀਮਾ ਆਪਣੇ ਫੋਕੇ ਸਨਮਾਨ ਕਰਾਉਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਦੇ ਨੇ? ਨਹੀਂ, ਇਹ ਤਾਂ ਜੀ ਜਿਵੇਂ ਕਹਿ ਦਈਏ ਵੀ ਜਿਹੜੇ ਬੰਦੇ ਆਪਾਂ ਨੂੰ ਚਲੋ ਨਹੀਂ ਪਿਆਰ ਕਰਦੇ, ਹੈ ਨਾ, ਕਈਆਂ ਦੇ ਰੜਕ ਹੁੰਦੀ ਆ ਦਿਲ ਦੇ ਵਿੱਚ ਵੀ ਹਾਂ ਵੀ ਅੰਮ੍ਰਿਤ ਜੀ ਮੈਂ ਇੱਦਾਂ, ਪਰ ਪੰਜਾਬ ਦੇ ਵਿੱਚ ਕੋਈ ਇੱਦਾਂ ਦੀ ਕੋਈ ਕਮੇਟੀ ਕਹਿ ਦੇਵੇ, ਕੋਈ ਪਲੇਅਰ ਸਾਬਤ ਕਰ ਦੇਵੇ ਜਾਂ ਕੋਈ ਜਿਹੜਾ ਕਬੱਡੀ ਨਾਲ ਰਿਲੇਟਿਵ ਆ ਬੰਦਾ ਉਹ ਸਾਬਤ ਕਰ ਦੇ, ਵੀ ਬੱਸੀਆਂ ਵਾਲੇ ਨੇ ਕਦੇ ਕਿਸੇ ਕਮੇਟੀ ਨੂੰ ਇੱਕ ਫੋਨ ਕਰਕੇ ਕਿਹਾ ਹੋਵੇ ਵੀ ਬਾਈ ਜੀ ਵੀ ਮੇਰਾ ਸਨਮਾਨ ਕਰ ਦਿਉ, ਵੀ ਜਾਂ ਇੰਨੇ ਪੈਸਿਆਂ ਨਾਲ ਕਰ ਦਿਉ ਵੀ ਮੈਂ ਫਿਰ ਤੁਹਾਨੂੰ ਸਹਿਯੋਗ ਲਾ ਲਊਂ, ਚਾਹੇ ਟੀਮਾਂ ਬੁਲਾਉਣ ਦੇ ਵਿੱਚ ਵੀ ਹੱਥ ਕਰੋ ਵੀ ਟੀਮਾਂ ਮੈਂ ਬੁਲਾਊਂਗਾ। ਪੰਜਾਬ ਦੇ ਵਿੱਚੋਂ ਕੋਈ ਇੱਕ ਬੰਦੇ ਹੀ ਸਾਬਤ ਕਰਦੇ ਇਹ ਗੱਲ ਵੀ ਕਦੇ ਮੈਂ ਕਿਸੇ ਨੂੰ ਕਿਹਾ ਹੋਵੇ ਵੀ ਬਾਈ ਮੇਰਾ ਵੀ ਮੇਰਾ ਇੰਨੇ ਪੈਸਿਆਂ ਨਾਲ ਸਨਮਾਨ ਕਰ ਦਿਉ ਵੀ ਮੈਂ ਫਿਰ ਪਲੇਅਰ ਬੁਲਾਊਂਗਾ ਜਾਂ ਮੇਰਾ ਉੱਦਾਂ ਵੈਸੇ ਹੀ ਸਨਮਾਨ ਕਰ ਦਿਉ। ਕਈ ਟੂਰਨਾਮੈਂਟ ਇੱਦਾਂ ਦੇ ਆ ਹੋਏ ਵੀ ਆ, ਕਈ ਸਾਰਿਆਂ ਲੋਕਾਂ ਨੂੰ ਪਤਾ ਵਾ ਮੈਂ
ਉਹਦਾ ਵੈਸੇ ਹੀ ਉੱਥੋਂ ਆ ਜਾਂਦਾ ਵਾ। ਕਦੇ ਉਹਨਾਂ ਤੋਂ ਕਦੇ ਸਨਮਾਨ ਨੂੰ ਨਹੀਂ ਕਿਹਾ ਜੀ ਮੇਰਾ ਸਨਮਾਨ ਕਰੋ ਜਾਂ ਆਪਾਂ ਕਮੇਟੀ ਦੇ ਮੂਹਰੇ ਖੜ ਜਾਈਏ ਵੀ ਹਾਂ ਜੀ ਅਸੀਂ ਸਾਡਾ ਸਨਮਾਨ ਕਰੋ ਅਸੀਂ ਫੇਰ ਜਾਵਾਂਗੇ। ਇੱਦਾਂ ਦਾ ਕੋਈ ਪੰਜਾਬ ਦੇ ਵਿੱਚ ਕੋਈ ਇੱਕ ਬੰਦਾ ਸਾਬਤ ਕਰਦੇ ਵੀ ਹਾਂ ਵੀ ਬੱਸੀ ਵਾਲੇ ਨੇ ਕਦੇ ਆਪਦੇ ਆਪ ਕਹਿ ਕੇ ਸਨਮਾਨ ਲਿਆ ਹੋਵੇ। ਅੰਮ੍ਰਿਤ ਕਬੱਡੀ ਦੇ ਵਿੱਚ ਜਿਹੜਾ ਤੁਹਾਡਾ ਇੱਕ ਇੱਕ ਲਿਖਿਆ ਹੋਇਆ ਸ਼ਬਦ ਹੈ, ਤੁਹਾਡਾ ਕਿਹਾ ਹੋਇਆ ਇੱਕ ਇੱਕ ਲਫ਼ਜ਼ ਹੈ, ਉਹ ਬਹੁਤ ਮਾਇਨੇ ਰੱਖਦਾ। ਬੜੀ ਤਵੱਜੋ ਨਾਲ ਦਿੰਦੇ ਨੇ ਲੋਕ ਤੁਹਾਡੀਆਂ ਗੱਲਾਂ ਵੱਲ, ਕਿਉਂਕਿ ਤੁਸੀਂ ਕਬੱਡੀ ਨੂੰ ਖੋਲ੍ਹ ਕੇ ਪੇਸ਼ ਕਰਦੇ ਹੋ ਲੋਕਾਂ ਅੱਗੇ। ਪਰ ਕਈ ਵਾਰ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਅੰਮ੍ਰਿਤ ਜਿਹੜਾ ਉਹ ਕਬੱਡੀ ਵਿੱਚ ਬਹੁਤ ਨਵੇਂ ਵਿਵਾਦਾਂ ਨੂੰ ਜਨਮ ਦਿੰਦਾ। ਕਿਤੇ ਕਿਸੇ ਨੂੰ ਕਬੱਡੀ ਦੇ ਬਾਰੇ ਕਿਸੇ ਪ੍ਰਮੋਟਰ ਨੂੰ ਕਿਤੇ ਚੰਗਾ ਮਾੜਾ ਕਹਿਤਾ ਕਿਸੇ ਪਲੇਅਰ ਨੂੰ, ਇਹ ਕਾਰਨ ਕੀ ਇਹਨਾਂ ਗੱਲਾਂ ਦੇ, ਜਾਂ ਕਿਤੇ ਨਾ ਕਿਤੇ ਇਹਨਾਂ ਗੱਲਾਂ ਪਿੱਛੇ ਸੱਚਾਈ ਸੁੱਪੀ ਹੋਈ ਹੈ? ਪਹਿਲਾਂ ਤਾਂ ਜੀ ਚਲੋ ਸਾਰਿਆਂ ਦਾ ਮੈਂ ਇੰਨਾ ਧੰਨਵਾਦ ਕਰਦਾ ਵੀ ਮੇਰਾ ਕੋਈ ਛੋਟੀ ਜਿਹੀ ਗੱਲ ਲੋਕ ਇੰਨਾ ਸੀਰੀਅਸਲੀ ਲੈਂਦੇ ਆ, ਹੈ ਨਾ। ਚਲੋ ਕਿਸਮਤ ਵਾਲੀ ਹੁੰਦੇ ਆ ਲੋਕ। ਅਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਵਿਵਾਦਾਂ ਵਾਲੀ ਗੱਲ ਆ, ਹੁਣ ਜਿਵੇਂ ਕਹਿ ਦਈਏ ਵੀ ਕਬੱਡੀ ਦੇ, ਕਬੱਡੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਡੇਲੀ ਸਟਾਰ ਜਿੱਥੋਂ ਪੈਦਾ ਹੁੰਦੇ ਆ। ਹੁਣ ਮੇਰੀ ਕਈ ਬੰਦਿਆਂ ਨਾਲ ਜਿਨ੍ਹਾਂ ਨਾਲ ਬਣਦੀ ਆ ਉਹਦੀ ਗਾਹਾਂ ਕਿਸੇ ਹੋਰ ਬੰਦਿਆਂ ਨਾਲ ਬਣਦੀ ਨਹੀਂ ਹੁੰਦੀ। ਮੇਰਾ ਹੱਕ ਆ ਕਬੱਡੀ ਲਈ, ਕਿਉਂਕਿ ਮੈਂ ਕਬੱਡੀ ਲਈ ਕਰਦਾ ਜਿਹੜਾ ਕੁਛ ਕਰਦਾ ਵਾਂ, ਜਾਂ ਮੇਰੇ ਪੇਜ 'ਤੇ ਪੋਸਟ ਪੈਂਦੀ ਆ ਜਾਂ ਮੇਰੀ ID 'ਤੇ ਪੈਂਦੀ ਆ। ਹੁਣ ਕਈਆਂ ਦੀ ਜਿਨ੍ਹਾਂ ਨਾਲ ਨਹੀਂ ਬਣਦੀ ਉਹਨਾਂ ਦੀਆਂ ਵੀ ਮੈਨੂੰ ਪੋਸਟਾਂ ਪਾਉਣੀਆਂ ਪੈਂਦੀਆਂ ਵਾਂ, ਉਹਦੇ ਵਿਚਾਲੇ ਮੈਂ ਫਸ ਜਾਂਦਾ ਆ ਕੇ, ਠੀਕ ਆ ਜੀ, ਉਹਦੇ ਵਿਚਾਲੇ ਫਸ ਗਿਆ ਵੀ ਹਾਂ ਵੀ ਭਾਈ ਤੁਸੀਂ ਫਲਾਣਿਆਂ ਦੀ ਪੋਸਟ ਕਿਉਂ ਪਾਈ। ਜਾਂ ਸਾਡਾ ਹੱਕ ਆ, ਹੈ ਨਾ, ਮੇਰੀ ਜੌਬ ਆ ਇਹ ਕਬੱਡੀ ਲਈ ਜਾਂ ਕੁਛ ਵੀ ਜੇ ਪਾਉਣਾ ਵਾਂ। ਅਤੇ ਬਾਕੀ ਵਿਵਾਦਾਂ ਵਾਲੀ ਗੱਲ ਵਿੱਚ ਕਈ ਗੱਲਾਂ ਚੱਲ ਪੈਂਦੀਆਂ ਵੀ ਹਾਂ ਵੀ ਤੂੰ ਕੁਛ ਲਿਖਦਾ ਜਾਂ ਤੂੰ ਕਬੱਡੀ ਬਾਰੇ ਬੋਲਿਆ, ਮੈਂ ਤਾਂ ਆਪਦੇ ਕੰਨੀ ਉਹ ਸਹੀ ਕੀਤਾ ਹੁੰਦਾ ਵਾ, ਉਹ ਪਰਮਾਤਮਾ ਕੰਨੀ ਉਹ ਚਲੋ ਗੱਲਾਂ ਹੀ ਇੰਨੀਆਂ ਉਲਝ ਜਾਂਦੀਆਂ ਵਾਂ, ਉਹ ਕਈ ਆਪਾਂ ਨੇ ਨਹੀਂ ਬਣਦੀ ਜਿਹੜੇ ਬੰਦਿਆਂ ਨਾਲ, ਚਲੋ ਦੂਜੇ ਪਾਸੇ ਲੈ ਜਾਂਦੇ ਆ ਵੀ ਹਾਂ ਵੀ ਇਹ ਬੰਦਾ ਕਬੱਡੀ ਲਈ ਕੋਈ ਜਾਂ ਵਿਵਾਦ ਖੜ੍ਹੇ ਕਰਦਾ ਵਾ। ਮੈਂ ਤਾਂ ਇਹ ਗੱਲ ਕਹਿਣਾ ਵਾ ਵੀ ਇਕੱਠੇ ਹੋ ਕੇ ਚੱਲੋ, ਹੈ ਨਾ, ਕੋਈ ਵੀ ਵਿਵਾਦ ਆ ਜਾਂ ਮੇਰੀ ਗਲਤੀ ਆ ਮੈਨੂੰ ਦੱਸੋ ਭਾਈ ਫੋਨ ਕਰਕੇ ਵੀ ਅੰਮ੍ਰਿਤ ਤੂੰ ਆਹ ਗਲਤੀਆਂ ਕਰਦਾ ਵਾਂ, ਨਿੱਕੀਆਂ ਨਿੱਕੀਆਂ ਗਲਤੀਆਂ ਕਰਦਾ ਵਾਂ, ਤਾਂ ਮੇਰੇ ਨਾਲ ਚੱਲੋ ਆਪਾਂ ਜੇ ਸਾਰੇ ਇਕੱਠੇ ਹੁੰਦੇ ਹਾਂ। ਜੇ ਤੁਸੀਂ ਕਬੱਡੀ ਦੇ ਅਸਲੀ ਸੇਵਾ ਕਰਦੇ ਹੋ ਜਾਂ ਕਬੱਡੀ ਦੇ ਅਸਲੀ ਸੇਵਾਦਾਰ ਹੋ ਤਾਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ। ਜਿਹੜੀ ਮੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੇ ਲੋਕ ਸੀਰੀਅਸ ਹੋ ਜਾਂਦੇ ਆ ਵੀ ਹਾਂ ਵੀ ਭਾਈ ਅੰਮ੍ਰਿਤ ਨੇ ਆਹ ਲਿਖਤਾ, ਅੰਮ੍ਰਿਤ ਨੇ ਆਹ ਲਿਖਤਾ, ਉਹ ਗੱਲਾਂ ਹੀ ਨਹੀਂ ਆਉਣੀਆਂ ਉਹ। ਜਦ ਮੈਨੂੰ ਪਹਿਲਾਂ ਤੁਸੀਂ ਦੱਸ ਕੇ ਤੁਰੋਗੇ ਵੀ ਅੰਮ੍ਰਿਤ ਆਹ ਕਰ ਲਾ ਵੀ ਆਹ ਤੇਰੇ 'ਚ ਗਲਤੀ ਆ ਵੀ ਤੂੰ ਇੱਥੋਂ ਇੱਦਾਂ ਕਰ ਇੱਥੋਂ ਇੱਦਾਂ ਕਰ, ਠੀਕ ਆ, ਉਹ ਆਪਦੇ ਕੋਲ ਵਿਵਾਦ ਬਣਾ ਲੈਂਦੇ ਆ ਨਿੱਕੀ ਜਿਹੀ ਗੱਲ। ਅੰਮ੍ਰਿਤ, ਇੱਕ ਗੱਲ ਹੋਰ ਜਿਹੜੀ ਮੇਰੇ ਮਨ 'ਚ ਵਾਰ ਵਾਰ ਆਉਂਦੀ ਹੈ, ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਜਾਂਦਾ ਹਰ ਇੱਕ ਕਬੱਡੀ ਪ੍ਰੇਮੀ ਦੇ, ਕਬੱਡੀ ਦਰਸ਼ਕ ਦੇ, ਕਿ ਜਿਹੜਾ ਪੇਜਾਂ ਵਾਲੇ ਨੇ ਫੇਸਬੁੱਕ ਦੇ ਜ਼ਰੀਏ ਵਟਸਐਪ ਦੇ ਜ਼ਰੀਏ ਤੁਹਾਡੇ ਗਰੁੱਪ ਵੀ ਬਣੇ ਹੋਏ ਨੇ ਕਬੱਡੀ ਨੂੰ ਬੇਸ਼ੱਕ ਤੁਸੀਂ ਪ੍ਰਮੋਟ ਕਰ ਰਹੇ ਹੋ, ਪਰ ਕੋਈ ਅਜਿਹੀ ਗੱਲ ਤੁਸੀਂ ਦਰਸ਼ਕਾਂ ਨੂੰ ਦੱਸ ਸਕਦੇ ਹੋ ਜਾਂ ਕਬੱਡੀ ਪ੍ਰੇਮੀਆਂ ਨੂੰ ਜਿਹਦੇ ਕਰਕੇ ਲੋਕਾਂ ਨੂੰ ਲੱਗੇ ਕਿ ਹਾਂ ਪੇਜਾਂ ਵਾਲੇ ਵਾਕਈ ਕਬੱਡੀ ਲਈ ਕੁਝ ਕਰ ਰਹੇ ਆ? ਤੁਸੀਂ ਕਬੱਡੀ ਲਈ, ਜੇ ਮੈਂ ਆਖਾਂ ਸਿੱਧਾ ਸਿੱਧਾ ਸਵਾਲ, ਤੁਸੀਂ ਕਬੱਡੀ ਲਈ ਕੀ ਯੋਗਦਾਨ ਪੇਜਾਂ ਵਾਲਿਆਂ ਦਾ? ਪੇਜਾਂ ਵਾਲਿਆਂ ਦਾ ਜੀ ਇਹ ਯੋਗਦਾਨ ਆ, ਹੁਣ ਜਿਵੇਂ ਬਾਹਰਲੇ ਦੇਖ ਲਓ, ਪ੍ਰਮੋਟਰ ਦੇਖ ਲਓ, ਕੋਈ ਲਾਈਵ ਨਹੀਂ ਦੇਖਦਾ, ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਕੋਈ ਬੰਦਾ ਲਾਈਵ ਦੇਖ ਲਵੇ। ਸਭ ਤੋਂ ਸੌਖਾ ਤਰੀਕਾ ਹਾਂ ਵੀ ਫੇਸਬੁੱਕ 'ਤੇ ਸਰਚ ਮਾਰੋ ਫਲਾਣਾ ਪੇਜ ਆ, ਕਬੱਡੀ ਵਾਈਫਾਈ ਪੇਜ ਆ, ਵੀ ਉਹ 'ਤੇ ਜਾ ਕੇ ਤੁਸੀਂ ਸਰਚ ਮਾਰ ਲਓ, ਹੈ ਨਾ। ਅਤੇ ਬਾਕੀ ਸੇਵਾ ਦੀ ਗੱਲ ਆ ਲਓ, ਸੇਵਾ ਤਾਂ ਹਰੇਕ ਬੰਦਾ ਕਰਦਾ ਜਿਹੜਾ ਕਬੱਡੀ ਲਈ ਟਾਈਮ ਕੱਢ ਕੇ ਜਾਂਦਾ ਵਾ। ਕਿਸੇ ਬੰਦਾ ਕੋਈ ਮੈਂ ਤਾਂ ਨਹੀਂ ਮੰਨਦਾ ਵੀ ਕੋਈ ਪੇਜਾਂ ਵਾਲਾ ਇੱਦਾਂ ਹੋਊਗਾ ਵੀ ਕਹਿ ਕੇ ਕਮੇਟੀ ਨੂੰ ਵੀ ਭਾਈ ਮੈਨੂੰ ਇੰਨੇ ਪੈਸੇ ਦੇ ਦਿਓ ਜਾਂ ਇਹੋ ਜਿਹਾ ਮੇਰਾ ਸਨਮਾਨ ਕਰ ਦਿਓ ਵੀ ਫਿਰ ਮੈਂ ਆਊਂਗਾ ਵੀ ਤੁਹਾਡੀ ਕਬੱਡੀ ਜਾਂ ਪ੍ਰਮੋਟ ਕਰੂੰਗਾ ਤੁਹਾਡੇ ਟੂਰਨਾਮੈਂਟ ਨੂੰ, ਮੈਂ ਤਾਂ ਨਹੀਂ ਮੰਨਦਾ। ਪਰ ਕੁਝ ਕੁ ਲੋਕ ਆ ਜਿਹੜੇ ਨਾਲੇ ਦਾ ਪੇਜਾਂ ਵਾਲਿਆਂ ਦੀ ਸਪੋਰਟ ਭਾਲਦੇ ਆ ਵੀ ਹਾਂ ਵੀ ਭਾਈ ਸਾਡੀ ਸਪੋਰਟ ਆ, ਸਾਡਾ ਪੋਸਟਰ ਆ ਗਿਆ, ਸਾਡਾ ਟੂਰਨਾਮੈਂਟ ਆ ਗਿਆ ਜੀ, ਮੈਨੂੰ ਫਲਾਣੇ ਤਾਂ ਫਲਾਣੀ ਚੀਜ਼ ਨਾਲ ਸਨਮਾਨ ਕਰਨਾ, ਪੇਜ 'ਤੇ ਪਾਓ। ਉਹੀ ਬੰਦੇ ਬਾਅਦ 'ਚ ਕਹਿ ਦਿੰਦੇ ਹਾਂ ਵੀ ਪੇਜਾਂ ਵਾਲੇ ਜੀ ਪ੍ਰਧਾਨਗੀਆਂ ਕਰਦੇ ਆ, ਪੇਜਾਂ ਵਾਲੇ ਮਨਮਾਨੀਆਂ ਕਰਦੇ ਆ, ਇਹਦਾ ਜੀ ਸਨਮਾਨ ਦੇ ਚੱਕਰ 'ਚ ਸਨਮਾਨ ਯਾਰ ਮੇਰੇ 'ਤੇ ਕੋਈ ਸਾਬਤ ਕਰੇ ਵੀ ਬੱਸੀਆਂ ਵਾਲੇ ਨੇ ਕਦੇ ਕਿਸੇ ਟੂਰਨਾਮੈਂਟ ਕਮੇਟੀ ਨੂੰ ਕਹਿ ਕੇ ਕਿਹਾ ਹੋਵੇ ਵੀ ਬਾਈ ਮੇਰਾ ਸਨਮਾਨ ਕਰਿਓ ਫਿਰ ਮੈਂ ਤੁਹਾਡਾ ਟੂਰਨਾਮੈਂਟ ਪ੍ਰਮੋਟ ਕਰੂੰ। 90% ਇਹੋ ਜਿਹੇ ਟੂਰਨਾਮੈਂਟ ਆ ਜਿਹੜੇ ਫੋਨ ਕਰਕੇ ਵੀ ਕਹਿੰਦੇ ਆ ਬਾਈ ਪੋਸਟਰ ਆ ਸਾਡੇ ਪ੍ਰਮੋਟ ਕਰਨੀ, ਕਈ ਵਾਰੀ 5 ਵਾਰੀ ਵੀ ਉਹਨਾਂ ਦੀ ਪੋਸਟ ਪਾਉਣੀ ਪੈਂਦੀ ਆ, 10 ਵਾਰੀ ਵੀ ਪਾਉਣੀ ਪੈਂਦੀ ਆ। ਪਰ ਇਹ ਥੋੜ੍ਹੀ ਵੀ ਹਾਂ ਵੀ ਆਪਾਂ ਪੇਜਾਂ ਵਾਲਿਆਂ ਨੂੰ ਖਿੱਚ ਲਈਏ ਹਰੇਕ ਥਾਵੇਂ, ਨਾਲੇ ਤਾਂ ਉਹ ਬੰਦੇ ਆ ਇਹ ਕਹਿੰਦੇ ਆ ਵੀ ਹਾਂ ਵੀ ਭਾਈ ਪੇਜਾਂ ਵਾਲਿਓ ਆ ਸਾਡੀ ਆਹ ਚੀਜ਼ ਪਾ ਦਿਓ, ਅੱਜ ਮੈਂ ਫਲਾਣੇ ਥਾਂ ਤੋਂ ਬੈਸਟ ਹਾਂ ਜਾਂ ਫਲਾਣੀ ਚੀਜ਼ ਨਾਲ ਮੈਨੂੰ ਸਨਮਾਨ ਕਰਨਾ ਵਾ ਵੀ ਤੁਸੀਂ ਆ ਮੇਰੀ ਪੋਸਟ ਪਾਓ, ਨਾਲੇ ਕਹਿ ਦਿੰਦੇ ਹਾਂਜੀ ਪੇਜਾਂ ਵਾਲੀ ਪ੍ਰਧਾਨਗੀ ਕਰਦੇ ਆ। ਨਹੀਂ, ਇੱਕ ਗੱਲ ਤਾਂ ਇਹ ਆਪਾਂ ਵੇਖਣ ਨੂੰ ਆਉਂਦੀ ਹੈ ਕਿ ਜਿੰਨੇ ਵੀ ਪੇਜ ਬਣੇ ਹੋਏ ਨੇ, ਆਪਾਂ ਇਕੱਲੇ ਵਾਈਫਾਈ ਦੀ ਗੱਲ ਨਾ ਕਰੀਏ ਤਾਂ ਆਮ ਕਰਕੇ ਕਈ ਵਾਰ ਵੇਖਿਆ ਕਿ ਤੁਸੀਂ ਕਿਸੇ ਇੱਕ ਖਾਸ ਇੱਕ ਪਲੇਅਰ ਨੂੰ ਲੈ ਕੇ ਹਾਈਲਾਈਟ ਕਰਦੇ ਹੋ, ਉਸੇ ਦੀ ਪ੍ਰਸ਼ੰਸਾ ਦੇ ਵਿੱਚ ਸ਼ਬਦ ਲਿਖਣੇ, ਉਸੇ ਦੇ ਖੇਡੇ ਹੋਏ ਮੈਚਾਂ ਦੀ ਵੀਡੀਓ 'ਚ ਪਾਉਣੀ, ਉਹਨਾਂ ਨੂੰ ਅਪਲੋਡ ਕਰਨਾ, ਵੱਧ ਤੋਂ ਵੱਧ ਲੋਕਾਂ ਦੇ ਵਿਊ ਕਰਵਾਉਣੇ, ਇਹ ਇੱਦਾਂ ਦੇ ਇਲਜ਼ਾਮ ਵੀ ਤੁਹਾਡੇ 'ਤੇ ਲੱਗਦੇ ਆਏ ਨੇ।
हाँ जी कई पेज है जोड़े हाईलाइट बद कर दिया, एक प्लेयर फड़ लो चाहे दो प्लेयर फड़ लो हाईलाइट नजायज ही कर दिया। वो चलो इदा नहीं करना चाहिए, अपना वाईफाई एक इदा का पेज आ, कई सुपरस्टार भी है, चलो आप ना तो की लेना है ना, सारे अपने लिए इको जे आ, सारे जो कबड्डी खेड़ता अपने लिए सुपरस्टार आ। वो कई इदा दे भी हाँ भी साड़ी पोस्ट पा, उन्होंने फिर पूछी दा बई कि बेस से पाइए है ना, भी जे बंदा बेस्ट होया जे कोई इदा की कोई सलांघा जो कम आ भी जोड़ा कह दिए भी अपनी पोस्ट पाने का हक बनता वा, पर अपना वाईफाई एक इदा का पेज आ जिसे कोई भी पक्षपात नहीं करते, आप चाहे कोई जितों का भी प्लेयर हो, चाहे बहरला हो, अपना वेदरला हो, है ना, चाहे जिन्हें बनती है जिन्हें नहीं भी बनती, हरेक प्लेयर की अपने पेज पर पोस्ट पेगी 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 जो वह हकदार हो, कोई फालतू नहीं है भी आप एक प्लेयर हाईलाइट करना वो बारे चंगा लिखना, हाँ जी क्वालिटी जोड़े प्लेयर च होगी वो आप जरूर लिखा। एक होर वड्डा इल्जाम जिहड़ा उभर के बार बार लगता रहा, तुसी अपने पेज के जरिए वाईफाई पेज की जी गल करते हैं, आप इस पेज के जरिए तुसी कोई जो टीम जितती है तुसी मीडिया के विचों सोशल मीडिया से तुसी सब दे सांझे हो, तुसी जो कोई खास तुहाडे टीम जितती है तो उसनू अपने मित्रां दी टीम साढ़े यारां दी टीम साढ़े यार जित गए इदां दे शब्दां नू वरतदे हो, वह थोड़ा जिहा कबड्डी दे विच दूसरे खिडारियों विच निराशा पैदा करदा है। निराशा तो जी पहली गल तो यह है भी जो कबड्डी खेडता सारे अपने भरा वा, कदे मैं उन्होंने ये नहीं सोचा भी आप उन्होंने कोई चीज़ आप कह दिए भी कोई मेरे लिए लाहेबंद हो मैं वो चीज़ उन्होंने है ना करनी आ, पर हरेक प्लेयर मेरा यार आ, हरेक प्लेयर मेरा भरा, क्यों भरा वा, मैं उन्होंने यार क्यों कहना, जो मैं अज है जोड़ा अमृत चीमा का वजूद आ वह प्लेयर के नाल ही आ, कमेटियां वा ज कोई होर ला लो कमेटियां रख लो तुम, कमेटिया ने साल बाद आपको मिलना हों, जो प्लेयर आ हर रोज़ मिलना वा यार भरा मैं आपदे तां कहना, क्योंकि अपने सदे पत्र के बेचारे खेड़ जाते हैं तां करके उन्होंने मैं मित्रां दी टीम भी कह दिंदा यारां दी टीमां भी कह दिंदा वा, पर कई लोगों नूं नहीं वधिया लगता क्योंकि मेरे लिए शब्द यार भरा यही मेरे लिए सब तो वड्डे शब्द आ, क्योंकि जो अज कुछ हैगा इन्हां प्लेयरां सिर ते आ। तुहानूं लगता कि जे पेजां वाले जोर ना लाउण तां टूरनामेंटां ते कबड्डी टीमां जां चोटी दे कबड्डी खिडारी पुज्जणे संभव नहीं? पेजा वालों का तकरीबन मैं कहना भी मेरे हिसाब नाल तो होर कोई पेज इन्ना इनवॉल्व है नहीं टीमों के जिन्ना अपना वाईफाई ला लो है ना, तो क्यों ये इनवॉल्व किया अपन सारे भरावान ने जोड़े यार मित्र आ कबड्डी जुड़े हुए आ ज कबड्डी प्लेयर आ, चलो उन्होंने कुछ वधिया लग्या हो अपने जिहड़े अपने भरा है ना यार ला लो तुसी, ते क्योंकि कबड्डी एक इहो जिही चीज़ आ जिहड़े जे तां इह बंदे नूं कुछ देण लग गए है ना तो परमात्मा करनी वह घर भर दें, तो बाकी जिमें कह दिए भी प्लेयर वाली गल मैं यही नहीं कहना भी हरेक प्लेयर मेरी जेब च मैं प्लेयर जां प्लेयर मेरे सिर ते आ ना, कबड्डी पहला भी चली सी कबड्डी हुण भी चलू कबड्डी आने वाले टाइम च भी चलू, पर कई बंदे नूं हो जाता वहम भी हाँ भी भाई उन्हां दी जेब च आ प्लेयर, कदे आ ये गल कदे सोची तो है नहीं, कदे आपां ना कदे टीम ना कोई धक्का किया भी भाई आ फलाना टूरनामेंट आ भी इत्थे खेडना ही पैना थोनू, कोई पंजाब च एक प्लेयर टीम की गल नहीं करता मैं, एक प्लेयर उठ के कह दें भी बसियां वाले ने सानू फोन ला के कदे धक्का किया भी भाई आ फलाने टूरनामेंट ते मेरा सन्मान आ भी तुसीं खेडना ही खेडना वा ना, कबड्डी एक इहो जिही चीज़ आ जिहड़ी पहलां चलदी आई आ, मेरे तो बिना हुण भी चलूगी मेरे तो बिना गाहां भी चलूगी। आने वाले समय दे विच जे आपां गल करिए वाईफाई पेज कबड्डी लई जिस तरह पहलां सेवा करदा आ रिहा, आने वाले समय दे विच होर कुछ वखरा की करेगा? वखरा तो जी इदां ही आ बस, हुण जो सानू वधिया लगेगा पहला यह जे पेज के उत्ते जिवें कॉम्पीटिशन करवाते होंगे सी पर वो बंद किया क्योंकि प्लेयर के बच्चे उस दुश्मनियां वधदियां है ना वो चीज़ों दियाँ, पर आने वाले टाइम के जे सानू होर भी कुछ वधिया लग्या पेज के असी होर भी इदू वधिया बेहतर बनाने की गल करांगे भी जिवें कोई वधिया चीज़ हुई तो जरूर लैके आवांगे पेज के। सो साडियां शुभकामनावां अमर चीमा जी तुहाडे नाल ने, सो वधिया वधिया इस तरह काम करो कबड्डी की सेवा करो ता जो तुसी विवादां तो भी बचे रहो तो कबड्डी की भी सेवा करते रहो। सो दोस्तों ये सन अमृत चीमा बसियां कबड्डी वाईफाई पेज वाले जिन्हां नाल असी कीतियां कबड्डी बाबत गल्लां ते उन्हां दे कबड्डी विच योगदान बारे, अगली बार फिर किसी शख्सियत नूं लैके तुहाडी सेवा दे विच हाजिर होवांगे, तद तक लई ऋषि राही विट्टू चक्कवाला नूं दिओ इजाजत, जुड़े रहो न्यूज़ नंबर चैनल दे नाल, रब रखा।